ਕੰਜਰੀਆਂ ਤੇ ਕੰਜਰੀਆਂ ਸੱਦ ਲੈ ਬੈ ਨਾ ਨਾ ਕੰਜਰੀਆਂ ਨੇ ਸੱਦਣੀਆਂ ਤੁਹਾਡੀ ਮਾਂ ਕਿਸੇ ਕੰਜਰੀ ਨੂੰ ਘਾਟਾ ਬੈ ਮੈਂ ਆਪ ਨੱਚੂਗੀ ਮਹਿੰਦੀ ਵੀ ਸਦਾ ਹੀ ਕੀਤੀ ਆ ਬੈ ਮੇਰਾ ਪੁੱਤ ਦਾ ਵਿਆਹ ਵਾ ਮੈਂ ਆਪ ਨੱਚੂਗੀ ਅੰਮੀ ਵਾਰਨਾ ਵਾ ਕੁਛ ਹਾਂ ਪੁੱਤ ਲੋਟਾ ਵਾ ਨਾ ਪੁੱਲ ਪੜ ਇਹ ਸ਼ਗਨ ਵਾਲੇ ਟਾਈਮ ਕਿਤੇ ਰੋਈ ਰੋਈ ਨਹੀਂ ਆਉਂਦੇ ਕਿਵੇਂ ਸਿਰ ਦੇ ਵਿੱਚ ਮੇਰਾ ਪੁੱਤ ਚਚਿਆ ਪਿਆ ਵਾ ਅੱਜ ਤੋਂ ਪਰੇ ਨੂੰ ਕਰਦੀ ਆ ਉਦੋਂ ਖੋਫ ਆਉਂਦਾ ਮੇਰਾ ਬੱਚਾ ਮੈਂ ਤੇਰੇ ਬੜੇ ਚਾਲ ਅੜ ਕੀਤੇ ਲਓ ਮਾਂ ਜੀ ਆ ਲਓ ਲੈ ਵਾ ਪੁੱਤ ਮੈਂ ਬੜੀ ਮੁਸ਼ਕਲ ਬੰਦੇ ਨੂੰ ਠਾ ਕੇ ਮੈਂ ਕਿਹਾ ਤੂੰ ਰੋੜਾ ਵਰਤ ਲੈ ਮੈਂ ਬਧਾਈਆਂ ਬਾ ਤੈਨੂੰ ਮੈਂ ਕਾਲੂਆ ਵੇ ਸ਼ਗਨੀ ਲੋਟਰ ਨੇ ਸਾਰਾ ਕੁਝ ਭੁਲਾਤਾ ਤੇਰੀ ਮਾਂ ਨੇ ਬੜੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਅੱਛਾ ਜੀ ਤੁਹਾਡਾ ਪਿਓ ਤਾਂ ਛੱਡ ਕੇ ਚਲਾ ਗਿਆ ਮੈਂ ਤਾਂ ਡਰ ਗਿਆ ਦੁਨੀਆ ਤੋਂ ਅੱਜ ਮੈਨੂੰ ਬੜਾ ਯਾਦ ਆਉਂਦਾ ਆਇਆ ਵੇ ਚੱਲ ਇੱਥੇ ਜਿੰਦਾ ਆਉਂਦਾ ਤੇ ਸਾਰੇ ਚਾਲ ਆੜਦੇ ਨੇ ਉਹ ਕਰਦਾ ਮਾਂ ਮੇਰੀ ਅੱਜ ਜ਼ਿਆਦਾ ਨਾਲ ਬਹੁਤ ਹੀ ਪਿਆਰ ਹੈ ਤੇ ਜਾਂਦੀ ਕਿਉਂ ਨਹੀਂ ਉਹਦੇ ਕੋਲ ਬੈ ਨਾ ਮੈਂ ਨਹੀਂ ਜਾਣਾ ਅੱਜ ਔਖੀ ਉਤੋਂ ਜਾਨ ਛੜਾਈ ਆ ਅੱਜ ਸਾਡਾ ਪਿਓ ਹੁੰਦਾ ਆਪਣੀ ਛਿਆਰੀ ਨੂੰ ਸਿਰੇ ਲੱਗੇ ਵੇਖਦਾ ਆਪਣੇ ਪਿਓ ਵਾਂਗੂ ਹੀ ਹੋਇਆ ਸ਼ੁਰੂ ਭਾਜੀ ਪਾਨ ਖਾਣ ਦੇ ਸੀ ਖਾਣਾ ਵਾ ਪਾਨ ਅੱਜ ਵਿਆਹ ਦਾ ਦੇਣਾ ਮੇਰੇ ਪੁੱਤ ਦੇ ਮੂੰਹ ਚ ਖੁਸ਼ਬੂ ਆਵੇ ਚਿੱਟੇ ਨਾ ਪਾਲ ਮੇਰੇ ਪੁੱਤਾ ਆ ਸੋਫਾ ਪਰੇ ਕਰਕੇ ਤੈਨੂੰ ਮੰਜੀ ਡਾਲਵਾ ਮੇਰਾ ਪੁੱਤਾ ਠਹਿਰ ਜਾ ਹੌਲੀ ਆ ਕੁੜੀ ਦਾ ਪਿਓ ਖਲੋਤਾ ਉਹਦੇ ਸਾਹਮਣੇ ਤਾਂ ਮੁੜ ਜਾ ਆਹੋ ਐ ਨਹੀਂ ਭਾਣਜਾ ਬਣਦਾ ਵੇਖ ਇਹ ਮੇਰੀ ਇਹ ਭੈਣਾ ਮੈਂ ਬੜੇ ਨਾਜ਼ਾਂ ਦਾਵਾਂ ਨਾਲ ਪਾਲੀ ਐ ਅੱਛਾ ਮੇਰੀ ਧੀ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਭਰਾਵਾ ਮਾੜੀ ਮੋਟੀ ਤਾਂ ਹੋਣੀ ਆ ਮੇਰਾ ਪੁੱਤ ਦਾ ਪਹਿਲਾ ਪਹਿਲਾ ਵਿਆਹ ਵਾ ਉਹਦਾ ਤਾਂ ਤੈਨੂੰ ਪਤਾ ਹੀ ਆ ਵੀ ਉਹਨੇ ਹੱਟਣਾ ਕਿਤੇ ਮਾੜੀ ਮੋਟੀ ਤਾਂ ਹੋਣੀ ਆ ਤੈਨੂੰ ਤਾਂ ਮਾੜੀ ਮੋਟੀ ਹੋਣੀ ਆ ਜਦੋਂ ਇਹਨਾਂ ਦੇ ਪਿਓ ਦਾ ਹੋਇਆ ਸੀ ਮਾੜੀ ਮੋਟੀ ਨਹੀਂ ਸੀ ਹੋਈ ਪੁੱਤ ਬਾਕੀ ਮੇਰੀ ਧੀ ਕੋਲੋਂ ਕੋਈ ਸਖਤ ਕੰਮ ਵੀ ਨਹੀਂ ਕਰਵਾਉਣਾ ਬੈ ਸਖਤ ਹੋ ਲੈਣ ਦੇ ਦੋ ਤਿੰਨ ਮਹੀਨੇ ਤਾਂ ਸਖਤੀ ਹੋਣਾ ਵਾ ਮੁੜ ਕੇ ਇਹਨੇ ਸਖਤੀ ਲੱਭਣੀ ਆ ਇਹਨੂੰ ਸਖਤੀ ਮਿਲਣੀ ਨਹੀਂ ਮੈਂ ਸਾਰੀ ਜ਼ਿੰਦਗੀ ਇਹਨਾਂ ਸਖਤੀਆਂ 'ਚ ਟਾਈਮ ਕੱਢਿਆ ਬਾਕੀ ਮੇਰੀ ਇਹ ਭੈਣਾ ਇੱਕ ਗੱਲ ਸੁਣ ਲਾ ਆ ਇਹ ਜਿਹੜਾ ਮਾਮਾ ਨਾ ਕੁੜੀ ਦਾ ਆ ਕੁੜੀ ਦਾ ਮਾਮਾ ਇਹਦੀ ਮਰਜ਼ੀ ਤੋਂ ਬਗੈਰ ਮੈਂ ਕੋਈ ਕੰਮ ਨਹੀਂ ਕੀਤਾ ਅੱਜ ਤੱਕ ਤਲਾਕ ਤਾਂ ਹੁੰਦਾ ਹੀ ਇਹਦੀ ਮਰਜ਼ੀ ਤੋਂ ਮਾਸ਼ਾਅੱਲਾ ਕੁੜੀ ਦਾ ਬਾਵਾ ਮੂੰਹ ਮੱਥੇ ਲੱਗਦੀ ਆ ਨਾਨਕੇ ਕੁਛ ਨਹੀਂ ਇਹਦੇ ਇਹ ਨਾ ਇਧਰ ਆਓ ਹਾਂਜੀ ਇਹ ਕੌਣ ਆ ਇਹ ਜੀ ਮੁੰਡੇ ਦੀ ਮਾਂ ਜੀ ਇਹ ਮੁੰਡੇ ਦੀ ਮਾਂ ਚੰਗੀ ਨਹੀਂ ਮੈਂ ਇਹਦੀ ਕੁੜੀ ਨੂੰ ਜਾਣਦਾ ਆ ਅੱਛਾ ਜੀ ਆ ਸੋਸ਼ਲ ਮੀਡੀਆ ਤੇ ਆਉਂਦੀ ਆ ਆਹੋ ਕੀ ਕਹਿੰਦੀ ਉਹ ਜਿਹੜੀ ਆ ਕਹਿੰਦੀ ਆ ਟਿਸ਼ੂ ਲੈ ਲਓ ਯਾਰ ਬਈ ਮੈਂ ਵੀ ਇਸ ਭਾਈ ਨੂੰ ਜਾਣਦੀ ਆ ਅੱਛਾ ਜੀ ਇਹ ਅਸਤਰ ਲਾਵੇ ਦਾ ਸਾਲਾ ਨਹੀਂ ਬਈ ਜਿਹੜਾ ਲਾਹੌਰ ਦਾ ਪਾਲਾ ਵਾ ਸ਼ਾਵਾ ਵੀ ਸ਼ਾਵਾ ਦੱਸ ਮੈਨੂੰ ਪਤਾ ਹੀ ਨਹੀਂ ਮੇਰੇ ਤੋਂ ਇਲਾਵਾ ਵੀ ਕਿਸੇ ਨੂੰ ਭੈਣ ਦਿੱਤੀ ਅਸਤਰ ਲਾਵਾ ਇਹ ਤੇ ਸ਼ਗਨਾ ਦੇ ਆ ਭਾਈ ਅਸੀਂ ਤੁਹਾਡੇ ਬੜੇ ਸਨਮਾਨ ਆ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਭਾਈ ਭਲਾ ਹੋਵੇ ਆ ਮੇਰਾ ਪੁੱਤ ਇਹਨੂੰ ਤੁਸੀਂ ਤੁਹਾਡੀ ਮਿਹਰਬਾਨੀ ਰਿਸ਼ਤਾ ਦਿੱਤਾ ਸਾਰੀ ਜ਼ਿੰਦਗੀ ਦਵਾਵਾ ਦਊਂਗੇ ਲੱਤਾਂ ਚੁੱਕ ਚੁੱਕ ਕੇ ਨਨਕਾਣੇ ਦੀ ਬੇਨਜ਼ੀਰ ਅਸੀਂ ਪਹਿਲਾਂ ਮੁੰਡਾ ਵੇਖਣਾ ਆ ਫਿਰ ਅਸੀਂ ਫੈਸਲਾ ਕਰਨਾ ਹੈ ਮੈਂ ਭਰਾਵਾ ਦੇਖਣਾ ਕੀ ਆ ਹੁਣ ਸਾਰਾ ਕੁਝ ਹੋ ਗਿਆ ਹੁਣ ਮੁੰਡਾ ਦੇਖਣਾ ਤੂੰ ਨਹੀਂ ਮੁੰਡਾ ਦੇਖਣਾ ਸੀ ਮੈਂ ਭਾਈ ਸਾਡੇ ਸਾਰਾ ਆਇਆ ਗਿਆ ਬਹੁਤ ਆ ਸਾਰੇ ਮਹਿਮਾਨ ਆਏ ਬੈਠੇ ਆ ਹੁਣ ਤੂੰ ਮੁੰਡਾ ਦੇਖੇਗਾ ਮੇਰੀ ਇਹ ਭੈਣਾ ਇਹ ਜਿਹੜਾ ਮਾਮਾ ਨਾ ਕੁੜੀ ਦਾ ਆ ਇਹ ਤੋਂ ਬਗੈਰ ਇਸ ਘਰ 'ਚ ਕੁਝ ਨਹੀਂ ਹੁੰਦਾ ਇਹਨੇ ਮੁੰਡਾ ਦੇਖਣਾ ਹੀ ਦੇਖਣਾ ਮੈਂ ਤਾਂ ਫੇਰ ਮੁੰਡੇ ਮੇਰੀ ਗੱਲ ਸੁਣ ਲੈ ਇਹਨੇ ਤਾਂ ਸੁਹਾਗਰਾ ਤੱਕ ਹੀ ਨਹੀਂ ਤੁਰਨ ਦੇਣੀ ਇਹ ਪੈਸੇ ਮੰਗੂਗਾ ਕੀ ਮਤਲਬ ਬੇ ਭਾਈ ਆਪਣੀ ਬੰਦ ਕਰ ਬੇ ਭਾਈ ਮੈਂ ਕਹਿੰਨੀ ਆ ਵੀ ਮੁੰਡਾ ਹੁਣ ਸਾਡੇ ਸਾਰੇ ਮਹਿਮਾਨ ਆਏ ਬੈਠੇ ਮੁੰਡਾ ਅੱਜ ਦੇਖਣਾ ਤੁਸੀਂ ਭਾਜੀ ਤਸੱਲੀ ਕਰ ਲਓ
ਉਹ ਕਿਸੇ ਖੋਤੀ ਦੇ ਆ ਕੁੱਤਾ ਓਏ ਵੇ ਭਾਈ ਕੌਣ ਆ ਆਮ ਭਾਈ ਆ ਮੁੰਡਾ ਵੇ ਭਾਈ ਕੱਢ ਲੈ ਤੇਰੀ ਖੋਤੀ ਦੇ ਆ ਵੇ ਭਾਈ ਕੌਣ ਆ ਵੇ ਭਾਈ ਆ ਆ ਮੁੰਡਾ ਆ ਵੇ ਮੇਰਾ ਪੁੱਤ ਉਹ ਤੈਨੂੰ ਸ਼ਰਮ ਨਹੀਂ ਆਈ ਆ ਆ ਮੁੰਡਾ ਤੇਰੀ ਭੈਣ ਦੀ ਗੋਡੀ ਆ ਮੁੰਡਾ ਵੇ ਫਟੇ ਨੂੰ ਇਹਨਾਂ ਨਾਨ ਕਿਹਾ ਦਾ ਵੇ ਲੱਖ ਦੀ ਲੰਤ ਵੇ ਬਾਬਾ ਨਾ ਹੋ ਜਾਵੇ ਮੈਂ ਮੇਰਾ ਮੁੰਡਾ ਤਾਂ ਕਿਨਾ ਬਾਕੀ ਵਾ ਮੈਂ ਮੇਰਾ ਮੁੰਡਾ ਮਾਰਦਾ ਮੈਂ ਲੈਟਰੀਨ ਬੈਠਾ ਕਹਿੰਦਾ ਉੱਠ ਮੈਂ ਸਫਾਈ ਕਰਨੀ ਹੈ ਸਫਾਈ ਵਾਲਾ ਮੈਂ ਭਾਈ ਕੌਣ ਆ ਤੂੰ ਕਾਲਾ ਮੂੰਹ ਨੀਲਾ ਸੂਟ ਰਾਸ਼ਦ ਕਮਾਲ ਦੀ ਅੰਮੀ ਕੀ ਹਾਲ ਆ ਭਾਈ ਤੂੰ ਕਿਉਂ ਮੇਰਾ ਮੁੰਡਾ ਓਏ ਇਹਨੂੰ ਬੱਚੀ ਓਏ ਇਹਨੂੰ ਸਦਕਾ ਕੋਈ ਨਹੀਂ ਦਿੰਦਾ ਤੁਸੀਂ ਬੱਚੀ ਦੇ ਦਿੱਤੀ ਹੈ ਇਹਨੂੰ ਬੱਚੀ ਕਿਹਨਾਂ ਦਿੱਤੀ ਹੈ ਤੂੰ ਦਿੱਤੀ ਹੈ ਤੇ ਮੈਂ ਤਲ ਕੇ ਖਾ ਜਾਂਦਾ ਮੈਨੂੰ ਕਿਹਨੇ ਦਿੱਤੀ ਹੈ ਮੈਨੂੰ ਕਿਹਨੇ ਦਿੱਤੀ ਬੱਚੀ ਖਾਨਦਾਨ ਇਕੱਠਾ ਹੋਇਆ ਬਰਾਦਰੀ ਇਕੱਠੀ ਹੋ ਗਈ ਇਹਦੇ ਤਾਂ ਮੱਖੀ ਬੈਠੀ ਸੀ ਉਹਨੇ ਪਰਚਾ ਕਰਾਤਾ ਮੇਰਾ ਖਾਨਦਾਨ ਬੈਠਾ ਬੇਹੋਸ਼ ਹੋ ਗਿਆ ਉਹਨੂੰ ਤੁਸੀਂ ਬੱਚੀ ਦੇ ਰਹੇ ਹੋ ਵੇ ਮਾਂ ਗੁੱਸੇ ਮੈਂ ਮੈਂ ਚੁੱਪ ਕਰ ਕੇ ਬਕਵਾਸ ਆਪਣੀ ਬੰਦ ਕਰ ਚਲੋ ਉੱਥੇ ਬੈ ਮੈਂ ਦੇਖਦੀ ਆ ਮੇਰੇ ਪੁੱਤ ਨੂੰ ਕੌਣ ਮਾਰਦਾ ਓਏ ਵਿਆਹ ਵਾਲੇ ਦਿਨ ਮੂਰੂ ਲਾਗਾ ਲਵਾਇਆ ਲਾਂਤੀ ਨੇ ਜੀ ਭਾਈ ਹੈ ਜਵਾਨ ਬੰਦ ਕਰ ਲਾ ਬੇ ਆਪਣੀ ਏ ਮਾਈ ਉਹੀ ਆਈ ਮੈਂ ਜ਼ਬਰਦਸਤੀ ਕਰ ਲੈਣੀ ਤੇਰੇ ਨਾਲ ਮੈਂ ਜ਼ਬਰਦਸਤੀ ਕਰਨ ਵਾਲਾ ਮਰ ਗਿਆ ਹੁਣ ਨਹੀਂ ਕੋਈ ਕਰਦਾ ਮੈਂ ਜ਼ਬਰਦਸਤੀ ਮੈਂ ਰੋਈ ਬਾਹਰ ਹੀ ਪਈ ਹੁੰਦੀ ਹਾਂ ਮਾਮੂ ਮੁਝੇ ਮਾਫ ਕਰ ਦੋ ਅਗਰ ਆਪਕੋ ਗੁੱਸਾ ਆ ਗਿਆ ਮੈਂ ਕੁੜੀ ਮੈਂ ਵੀਜ਼ਾ ਦੇ ਡੇਰੇ ਤੇ ਛੱਡਿਓ ਨਹੀਂ ਤੈਨੂੰ ਨਹੀਂ ਦੇਣੀ ਵੇ ਭਰਾਵਾ ਤੂੰ ਸਾਡੇ ਕੋ 500 ਲੈ ਜਾਈ ਸਮਝ ਲਈ ਵੀ ਵੀਜ਼ਾ ਦੇ ਡੇਰੇ ਤੇ ਹੀ ਆਈ ਆ ਲਾ ਜੀ ਇਹ ਮਾਈ ਨੇ ਰਗੜਿਆ ਜਾਣਾ ਜੇ ਜਗੀ ਅੰਮੀ ਹੁਣ ਬਰਾਦਰੀ ਬੈਠੀ ਸਾਡੀ ਇੱਜ਼ਤ ਨਹੀਂ ਹੋ ਰਹੀਦੀ ਮੈਂ ਪੁੱਤ ਗੱਲ ਸੁਣ ਲਾ ਕੋਈ ਨਹੀਂ ਸਿਆਣਾ ਬੰਦਾ ਵਾ ਸਿਆਣੇ ਬੰਦੇ ਮਾਰਦੇ ਹੀ ਹੁੰਦੇ ਆ ਹੈ ਤੂੰ ਨਾਲ ਥੋੜੀ ਮਾਰ ਖਾਦੀ ਆ ਘਬਰਾ ਗਿਆ ਤੂੰ ਮਾਫੀ ਮੰਗ ਰਹਾ ਤੂੰ ਮੈਂ ਇਸ ਰਿਸ਼ਤੇ ਤੋਂ ਮਾਮੂ ਜੀ ਤੁਹਾਡੀ ਮਿਹਰਬਾਨੀ ਓਏ ਪਰ ਚੱਲ ਮੈਨੂੰ ਇੰਜ ਲੱਗਦਾ ਜਾਨ ਕੱਢਣ ਵਾਲਾ ਆਉਣ ਡਿਆ ਜੇ ਮੈਂ ਆਇਆ ਤਾਂ ਤੂੰ ਸਮਝੇਗਾ ਤੇਰੀ ਭੈਣ ਕੱਢਣ ਵਾਲਾ ਆ ਰਿਹਾ ਤੇ ਮੈਂ ਅੱਛਾ ਚੁੱਪ ਆ ਜਾ ਮੈਂ ਭਾਈ ਗੁੱਸਾ ਨਾ ਕਰ ਮਾਮੂ ਪਲੀਜ਼ ਹੋ ਜਾਂਦੀ ਗਲਤੀ ਜੀ ਮੁੰਡਿਆ ਬੱਚੀ ਤਕਸੀਮ ਕਰ ਦੇਣੀ ਮੈਂ ਤੈਨੂੰ ਨਹੀਂ ਦੇਣੀ ਪਰ ਹੋ ਜਾ ਥੈਂਕ ਯੂ ਆ ਜਾ ਉਮੀ ਨਹੀਂ ਕਰਨਾ ਮੈਂ ਤੁਹਾਡੀ ਮਿਹਰਬਾਨੀ ਸਾਡੀ ਬਰਾਦਰੀ ਸੜ ਤੇ ਥੁੱਕੇ ਗਿਆ ਵੇਖ ਲੋ ਆ ਮੁੰਡਾ ਰੌਲਾ ਰੌਲਾ ਤੇ ਨਹੀਂ ਪਾਉਂਦਾ ਮੈਂ ਤੇ ਇੱਕ ਦੋ ਵਾਰੀ ਮਿਲਿਆ ਜ਼ਿਆਦਾ ਨਹੀਂ ਮਿਲਿਆ ਤੁਹਾਡੀ ਮਿਹਰਬਾਨੀ ਜੀ ਮਾਫੀ ਮੰਗ ਲਈ ਹੈ ਹਾਂਜੀ ਹਾਂਜੀ ਸ਼ਬਾਸ ਗਿੱਲ ਸਾਹਿਬ ਉੱਥੇ ਚਲੇ ਗਏ ਜਾਓ ਧਰਨੇ ਚ ਮਾਰ ਪਏਗੀ ਤੁਹਾਨੂੰ ਉਹ ਕੀ ਕਰਾਂਗੇ ਹੁਣ ਰਿਸ਼ਤੇਦਾਰ ਸਾਡੇ ਤੇ ਥੁੱਕਣਗੇ ਤੇ ਕੁਛ ਨਹੀਂ ਮੈਂ ਭਾਈ ਕੁਛ ਨਹੀਂ ਮੈਂ ਜਾਨੀ ਆ ਤੂੰ ਬੈਠ ਆਪਣੀ ਭਰਜਾਈ ਦਾ ਖਿਆਲ ਰੱਖੀ ਅੰਮੀ ਝੋਲੀ ਚੁੱਕ ਕੇ ਇਹਦੇ ਅੱਗੇ ਕਰ ਨਾ ਮੈਂ ਬੁੱਤ ਝੋਲੀ ਨਹੀਂ ਚੁੱਕਣੀ ਤੈਨੂੰ ਪਤਾ ਸ਼ਲਵਾਰ ਪਾਟੀ ਆ ਮੈਂ ਚੱਲੀ ਆ ਖਿਆਲ ਰੱਖੂ ਮੈਂ ਭਰਾਵਾ ਬੜੀ ਦੂਰੋਂ ਆਈ ਆ ਰਾਜ ਕਿੰਨੇ ਖਲੋਤਾ ਸੀ ਪਰ ਮੈਂ ਕਿਹਾ ਮੈਂ ਤੇਰੇ ਨਾਲ ਹੀ ਜਾਣਾ ਮੇਰੀ ਝੋਲੀ ਦੇ ਵਿੱਚ ਮੇਰੀ ਝੋਲੀ 'ਚ ਆਪਣਾ ਰਕਸ਼ਾ ਪਾ ਦੇ ਮੇਰੇ ਪੁੱਤ ਮੈਂ ਸਾਰੀ ਜ਼ਿੰਦਗੀ ਤੈਨੂੰ ਦਵਾਵਾ ਦਊਂਗਾ ਬਾਬਾਈ ਉਹ ਜਿਹੜੀ ਕਹਿੰਦੀ ਆ ਲਾਹੌਰ ਦੀ ਪਾਵੀ ਹਾਂ ਮਾਈ ਕੰਮ ਵਾਲੀ ਉਹਦੀ ਕੁੜੀ ਤੇ ਨੇ ਵੇ ਨਾ ਭਾਈ ਰਾਣੇ ਨੇ ਜੋ ਕਹਿਤਾ ਸੋ ਕਹਿਤਾ ਭਰਾ ਮੇਰੇ ਆ ਕੁੜੀ ਮੇਰੀ ਝੋਲੀ 'ਚ ਪਾ ਦੇ ਤੇਰੀ ਝੋਲੀ ਪਾਟੀ ਆ ਉਧਰ ਚਲੇ ਜਾ ਫੇ ਨਾ ਕਦੋਂ ਦੇਖ ਤੂੰ ਨਜ਼ਰ ਇਹ ਰਿਸ਼ਤੇ ਤੋਂ ਇਨਕਾਰ ਆ ਇਸ ਵਾਸਤੇ ਇਹਦੀ ਉਮਰ ਵੱਡੀ ਆ ਬੱਚੀ ਜਿਹੜੀ 16 ਸਾਲ ਦੀ ਆ ਫੇ ਭਰਾਵਾ ਉਮਰ ਨਹੀਂ ਵੱਡੀ ਉਹ ਸਾਡਾ ਗਲਾਮਾਬਾਦ ਦਾ ਪਾਣੀ ਗੰਦਾ ਵਾ ਉਹ ਗੰਦੇ ਪਾਸੇ ਛੱਡਿਆ ਫੇ ਭਰਾਵਾ ਨਹਿਰੀ ਪਾਣੀ ਦੇ ਨਾਲ ਗੱਡਰਾਂ ਦਾ ਪੈਪ ਰਲਿਆ ਵਾ ਮੈਂ ਜਦ ਤੈਨੂੰ ਇੱਕ ਵਾਰੀ ਕਹਿਤਾ ਫਿਰ ਕਾਹਦੇ ਇਹਨਾਂ ਸਮਝਾਈ ਜਾਂਦੀ ਮੁੰਡਾ ਪਾਣੀ ਪੀਂਦਾ ਬਹੁਤ ਤਾਂ ਹੀ ਗਾਰਾ ਸਾਰਾ ਤਾਂ ਆਇਆ ਹੋਇਆ
ਇਨਕਾਰ ਆ ਮੈਂ ਦੋ ਦਿਨ ਕਾਰਾ ਥੱਲੇ ਬਹਿ ਜਾਣਾ ਮੁੰਡਾ ਥੱਲੋਂ ਸਹੀ ਆ ਜਾਣਾ ਤੇ ਆਪਣੇ ਜਵਾਈ ਮਰਨ ਵਾਲੇ ਹੋਏ ਆ ਓਏ ਸਰਾਮ ਦੇ ਦੇ ਅੰਮੀ ਆ ਜਾ ਇਹ ਨਹੀਂ ਮੰਨਦਾ ਕਾਫਰ ਆ ਐ ਚੁੱਪ ਕਰ ਬੈ ਤੂੰ ਜਵਾਨ ਬੱਚ ਗੱਲ ਆਪਣੀ ਮੈਂ ਮਨਾਉਣ ਤਾਂ ਡੈ ਜਾ ਮੈਂ ਉਹਨੇ ਚਲੇ ਜਾਣਾ ਆਪਣੀ ਉਹ ਵੀ ਖਾਲੀ ਆਪਣੀ ਭਾਂਜੀ ਦੇ ਦੇ ਫਿਰ ਸੱਤੇ ਹੀ ਟੈਰਾਂ ਬੇ ਪੁੱਤ ਚੁੱਪ ਕਰ ਜਾ ਉਹਨੇ ਚਲੇ ਜਾਣਾ ਵਾ ਚਲੇ ਜਾਣਾ ਮੈਨੂੰ ਪਤਾ ਭਰਾ ਮੇਰੇ ਮੈਨੂੰ ਮਾਫ਼ ਕਰ ਦੇ ਦੇਖ ਲੈ ਮਾਈ ਤੂੰ ਕੁੱਤਾ ਖਾਇਆ ਇਹ ਤੇਰੀ ਸਮਝ ਗੱਲ ਨਹੀਂ ਆਉਂਦੀ ਮੈਂ ਕਦੋਂ ਖਾਦਾ ਉਹ ਤਾਂ ਗੱਲਾਂ ਕਰਨ ਡਿਆ ਵੀ ਮੇਰਾ ਮੁੰਡਾ ਕਿ ਵੱਡੀ ਉਮਰ ਦਾ ਲੱਗਦਾ ਦੱਸ ਮੈਨੂੰ ਆ ਤਾਂ ਸਿਰ ਵੱਡੇ ਮੁੰਡੇ ਆ ਗਏ ਲਹਿਰਾ ਸ਼ੇਪ ਕਰਨ ਵਾਲੀ ਫਿਰ ਨਹੀਂ ਹੁੰਦੀ ਹੈ ਮੌਤ ਚੱਲ ਕੋਈ ਐਸੀ ਬਾਤ ਨਹੀਂ ਬਰਾਦਰੀ ਕੀ ਚੁੱਪ ਕਰ ਜਾ ਤੂੰ ਫਿਰ ਸੇ ਭਾਈ ਤੈਨੂੰ ਇਹ ਗੱਲ ਆ ਨਾ ਕਿ ਮੇਰੇ ਮੁੰਡੇ ਦੀ ਉਮਰ ਬਹੁਤੀ ਆ ਹਾਂ ਵੀ ਚੱਲ ਜੇ ਇਹਦੇ ਮੇਰੇ ਮੁੰਡੇ ਦੀ ਉਮਰ ਬਹੁਤੀ ਆ ਆ ਮੇਰਾ ਪੁੱਤ ਤੂੰ ਜਾ ਛੋਟਾ ਵਾ ਅੰਮੀ ਨਹੀਂ ਰਹੂਗਾ ਅੰਮੀ ਇਹ ਪੁੱਤ ਚੁੱਪ ਬਹਿ ਜਾ ਅੰਮੀ ਵੇ ਮੈਂ ਕਹਿ ਜਾ ਅੰਮੀ ਆਪਣੀ ਮਾਂ ਦੀਆਂ ਗੱਲਾਂ ਨਾ ਰੋਕੀ ਬਸ ਕਰ ਖਾਦਾ ਬਸ ਕਰ ਮੰਗ ਮੇਰੀ ਇਹ ਪਸੰਦ ਮੈਂ ਕਰਦੀ ਆ ਤੇ ਤੂੰ ਉਹਦੇ ਨਾਲ ਵਿਆਹ ਕਰਨ ਲੱਗੀ ਇਹਦਾ ਨਹੀਂ ਸਾਡਾ ਆਇਆ ਗਿਆ ਬਹੁਤ ਉਹਦੇ ਵਿੱਚ ਮੁੰਡਾ ਸਾਡਾ ਬਗੈਰ ਬੋਟੀ ਤੇ ਜਾਓ ਕਿੱਡਾ ਬੁਰਾ ਲੱਗੂਗਾ ਲੈ ਅਜੀਬ ਇਹ ਕੀ ਹੁੰਦਾ ਪਿਆ ਅਜੇ ਤੇ ਹੋਣਾ ਵਾ ਅਜੇ ਤੇ ਗੱਲ ਹੀ ਸ਼ੁਰੂ ਹੋਈ ਆ ਤੇਰਾ ਖਾਨਾ ਖਰਾਬ ਹੋਵੇ ਮੈਂ ਮਰ ਜਾਵਾਂਗੀ ਇਹਦੇ ਨਾਲ ਵਿਆਹ ਨਹੀਂ ਹੁੰਦਾ ਕਿ ਤੇਰਾ ਮੈਂ ਮੇਰੀ ਅੰਮੀ ਦੀ ਇੱਜ਼ਤ ਦਾ ਮਸਲਾ ਉਹ ਮਰਿਆ ਨਾ ਮਰਿਆ ਸਾਨੂੰ ਤੂੰ ਮਾਰ ਦੇਣਾ ਹੈ ਮੇਰੀ ਅੰਮੀ ਦੀ ਇੱਜ਼ਤ ਦਾ ਮਸਲਾ ਵਾ ਨਹੀਂ ਖਾਨਾ ਰਿਸ਼ਤਾ ਨਹੀਂ ਹੋ ਸਕਦਾ ਅਜੀਬ ਨਹੀਂ ਮੈਂ ਕਹਾਂ ਤਾਂ ਸੋ ਕਹਤਾ ਨਹੀਂ ਪਿੰਡ ਦੇ ਕਿਸੇ ਬੰਦੇ ਅੱਗੇ ਮੇਰੀ ਅੰਮੀ ਦੀ ਇੱਜ਼ਤ ਨਹੀਂ ਰਹਿਣੀ ਮੇਰੇ ਨਾਲ ਧੋਖਾ ਕੀਤਾ ਤੂੰ ਧੋਖਾ ਦੋ ਵਾਰੀ ਕੀਤਾ ਵਾ ਧੋਖਾ ਹੋ ਗਿਆ ਮੈਂ ਕੁਛ ਨਹੀਂ ਹੁੰਦਾ ਭਾਈ ਆ ਇੱਥੇ ਮਾਮਾ ਜੀ ਨਾ ਰਹੀ ਮੈਂ ਤੈਨੂੰ ਕਹਿੰਦੀ ਭਾਈ ਆ ਇਹ ਆ ਨਹੀਂ ਦੇਣੀ ਇਹਦੀ ਗੱਲ ਕਰ ਲਓ ਆ ਤੇਰੀ ਮਾਂ ਦੀ ਨਹੀਂ ਨਹੀਂ ਜਿਹੜੀ ਗਈ ਅੰਦਰ ਬੱਚੀ ਮੈਂ ਮੇਰੀ ਕਾਨੂੰ